ਜੀ ਸਰ ਸਰ ਤੁਸੀਂ ਇੱਥੇ ਆਏ ਹੋ, ਕਿਸ ਤਰ੍ਹਾਂ ਦੇ ਸਮਾਗਮ ਲੱਗੇ ਆ? ਕਿਉਂਕਿ ਬਰਸਾਤ ਨੇ ਜ਼ਰੂਰ ਕਿਤੇ ਨਾ ਕਿਤੇ ਖਲਲ ਪਾਇਆ ਜੀ ਜੀ, ਪਰ ਤੁਸੀਂ ਆਏ ਹੋ, ਸਮਾਗਮ ਵੀ ਸ਼ੁਰੂ ਹੋ ਚੁੱਕੇ, ਤੁਸੀਂ ਬੈਠੇ ਸੀ ਉੱਥੇ, ਕਿਸ ਤਰ੍ਹਾਂ ਦੇ ਲੱਗ ਰਹੇ? ਚਲੋ, ਬਰਸਾਤ ਨੇ ਇੱਕ ਇਮਤਿਹਾਨ ਲੈ ਲਿਆ ਸਾਡਾ, ਸੋ ਉਸ ਦੇ ਬਾਵਜੂਦ ਬਹੁਤ ਉਤਸ਼ਾਹ ਆ ਆਉਣ ਵਾਲਿਆਂ ਵਿੱਚ ਅਤੇ ਕਰਨ ਵਾਲਿਆਂ ਵਿੱਚ ਵੀ। ਅਤੇ ਆਪਣੇ ਆਪ 'ਚ ਇੱਕ ਬਹੁਤ ਵਿਲੱਖਣ ਮੇਲਾ ਡੇਰਾ ਬਾਬਾ ਨਾਨਕ ਵਿੱਚ ਪਹਿਲੀ ਵਾਰੀ ਇੰਨਾ ਮੇਲਾ ਲੱਗਿਆ, ਔਰ ਉਹਦਾ ਵੱਡਾ ਕਾਰਨ ਲਾਂਘਾ ਹੀ ਆ ਕਿ ਜਿਸ ਲਾਂਘੇ ਨੇ ਬਹੁਤ ਵਰਸਾਂ ਤੋਂ ਤਰਸਦੀਆਂ ਸੰਗਤਾਂ ਨੂੰ ਇੱਕ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਦੇ ਮੌਕੇ ਦੇਣੇ ਆ। ਤੋ ਮੈਂ ਇਸ ਮੌਕੇ ਨੂੰ ਇੱਕ ਐਵੇਂ ਹੀ ਦੇਖਦਾ ਕਿ ਸਿਰਫ ਲਾਂਘਾ ਇੱਕ ਲਫਜ਼ ਛੋਟਾ ਜਿਹਾ, ਲੇਕਿਨ ਇਹਦੇ ਅਰਥ ਇਸ ਗੱਲੋਂ ਵੱਡੇ ਆ ਕਿ ਇੱਕ ਤਾਂ ਕਿ ਇਹ ਇੱਕ ਸੁਨੇਹਾ ਵੀ ਆ ਸਾਂਝ ਦਾ, ਪਿਆਰ ਦਾ। ਤੋ ਕਿਉਂਕਿ ਮੁਲਕ ਬੇਸ਼ੱਕ ਦੋ ਹੋ ਜਾਂਦੇ, ਪਰ ਮੈਂ ਕਦੇ ਕਿਹਾ ਸੀ ਕਿ ਕੰਧਾਂ ਹੋਣ ਉੱਤੇ ਮੂਰਤਾਂ ਪਿਆਰੀਆਂ ਵੀ ਹੋਣ, ਕੰਧਾਂ ਅੰਨੀਆਂ ਨਾ ਹੋਣ, ਬੂਹੇ ਬਾਰੀਆਂ ਵੀ ਹੋਣ। ਸੋ ਇੱਕ ਇਹ ਸਾਂਝ ਵੀ ਸਾਡੇ ਦੋਹਾਂ ਮੁਲਕਾਂ ਦੀ ਵੀ ਜੋੜਦਾ, ਸਾਨੂੰ ਬਾਬੇ ਨਾਨਕ ਨਾਲ ਜੋੜਦਾ। ਬਾਬੇ ਨਾਨਕ ਬਾਰੇ ਇੱਕ ਅਸੀਂ ਸ਼ਬਦ ਗਾਉਂਦੇ ਹੁੰਦੇ ਸੀ ਕਿ ਧੰਨ ਧੰਨ ਬਾਬਾ ਨਾਨਕ ਜਿਹੜਾ ਵਿਛੜਿਆਂ ਨੂੰ ਮਿਲਦਾ। ਸੋ ਇਹ ਲਾਂਘੇ ਨੇ ਵਿਛੜਿਆਂ ਨੂੰ ਵੀ ਮਿਲਿਆ। ਸੋ ਮੈਂ ਦੁਆ ਕਰਦਾ ਕਿ ਸਾਡੇ ਦੋਹਾਂ ਦੇਸ਼ਾਂ ਵਿਚਕਾਰ ਵੀ ਇਹ ਲਾਂਘਾ ਪਿਆਰ ਦਾ ਰਿਸ਼ਤਾ, ਅਮਨ ਦਾ ਰਿਸ਼ਤਾ, ਮਾਵਾਂ ਦੇ ਸੀਨਿਆਂ ਨੂੰ ਠੰਡ ਪਾਉਣ ਵਾਲਾ ਰਿਸ਼ਤਾ, ਸੀਨਿਆਂ 'ਚ ਗੋਲੀਆਂ ਨਾ ਉਤਰਨ, ਸੋਹਣੀਆਂ ਤਰਜ਼ਾਂ 'ਤੇ ਸ਼ਬਦ ਉਤਰਨ। ਸੋ ਇਹ ਦੁਆ ਕਰਦਾ। ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਸੀ ਗੁਰੂ ਨਾਨਕ ਦੇਵ ਜੀ ਨੇ, ਅਤੇ ਕਿਤੇ ਨਾ ਕਿਤੇ ਜਦੋਂ ਵੀ ਕਰਤਾਰਪੁਰ ਲਾਂਘਾ ਖੁੱਲ੍ਹ ਦਾ ਕੰਮ ਸ਼ੁਰੂ ਹੋਇਆ, ਤਦ ਤੋਂ ਹੀ ਰਾਜਨੀਤੀ ਹੁੰਦੀ ਰਹੀ ਇਸ ਕੰਮ 'ਤੇ। ਸਾਂਝੀ ਵਾਲਤਾ ਦਾ ਕਿਤੇ ਨਾ ਕਿਤੇ ਨਜ਼ਰ ਨਹੀਂ ਆਇਆ ਉਪਦੇਸ਼ 'ਤੇ ਚੱਲਦਿਆਂ ਕਿਸੇ ਵੀ ਰਾਜਨੀਤੀ ਪਾਰਟੀ ਦੇ? ਦੇਖੋ, ਰਾਜਨੀਤੀ ਦਾ ਹੁੰਦਾ ਕਿ ਵੋਟਾਂ ਕਿਸ ਤਰ੍ਹਾਂ ਵੱਧ ਲੈਣੀਆਂ, ਸੋ ਵੱਧ ਫੁਟੇਜ ਕਿੱਦਾਂ ਲੈਣੀ, ਕਿ ਕੋਈ ਬੇਸ਼ੱਕ ਚੰਗਾ ਮੌਕਾ ਹੋਵੇ ਜਾਂ ਮਾੜਾ ਮੌਕਾ ਹੋਵੇ, ਰਾਜਨੀਤੀ ਇੱਕ ਆਪਣੇ ਤਰ੍ਹਾਂ ਦਾ ਕੰਮ ਕਰਦੀ ਆ। ਅਤੇ ਸੋ ਮੈਂ ਸਮਝਦਾ ਕਿ ਜਿਹੜੀ ਰਾਜਨੀਤੀ ਜੇ ਥੋੜ੍ਹੀ ਜਿਹੀ ਹੋਰ ਖਰੀ ਹੋ ਜਾਵੇ ਤਾਂ ਸਾਡੇ ਮੁਲਕ ਦਾ, ਇਸ ਦੁਨੀਆ ਦਾ, ਸਾਡਾ ਸਭ ਦਾ ਭਵਿੱਖ ਬਹੁਤ ਅੱਛਾ ਹੋ ਸਕਦਾ। ਪਰ ਇਹ ਸਭ ਕੁਝ ਦੇ ਬਾਵਜੂਦ ਜਿਹੜੇ ਰਾਜਨੀਤੀ ਵਿੱਚ ਵੀ ਕੁਝ ਅੱਛੇ ਬੰਦੇ, ਅੱਛੀਆਂ ਰੂਹਾਂ, ਅੱਛੇ ਦਿਲ ਹੁੰਦੇ ਆ। ਤੋ ਇਸ ਤੋਂ ਇਲਾਵਾ ਜਿਹੜੇ ਕਵੀ, ਲੇਖਕ, ਸਾਹਿਤਕਾਰ, ਉਹ ਆਪਣਾ ਪੈਗਾਮ ਜ਼ਰੂਰ ਦਿੰਦੇ ਰਹਿੰਦੇ ਜਿੱਥੇ ਕਿਤੇ ਵੀ ਹੋਣ। ਸੋ ਇਹ ਅਸੀਂ ਜਾਣੀ ਰਾਜਨੀਤੀ ਦਾ ਇੱਕ ਤਰ੍ਹਾਂ ਜੋ ਗੁਰੂ ਨਾਨਕ ਸਾਹਿਬ ਨੇ ਆਪਣੇ ਵੇਲੇ ਬਾਰੇ ਲਿਖਿਆ, ਤੋ ਕਿੰਨੇ ਸਖਤ ਸ਼ਬਦਾਂ 'ਚ ਲਿਖਿਆ। ਸੋ ਇੱਕ ਹੈ ਕਿ ਜਿਹੜੀ ਰਾਜਨੀਤੀ ਤੋਂ ਬਿਨਾਂ ਸਰਦਾ ਵੀ ਨਹੀਂ, ਕਿਉਂਕਿ ਰਾਜਨੀਤੀ ਨੇ ਹੀ ਦੇਸ਼ ਨੂੰ ਬਦਲਣਾ, ਪਰ ਖੋਟੀ ਰਾਜਨੀਤੀ ਔਰ ਖਰੀ ਰਾਜਨੀਤੀ 'ਚ ਫਰਕ ਹੁੰਦਾ। ਸੋ ਅਸੀਂ ਖਰੀ ਰਾਜਨੀਤੀ ਦੀ ਆਸ ਕਰਦੇ ਹਾਂ, ਔਰ ਅਸੀਂ ਇਸ ਮੌਕੇ 'ਤੇ ਖਾਸ ਕਰਕੇ ਮੈਂ ਮਹਿਸੂਸ ਕਰਦਾ ਕਿ ਸਾਡੇ ਸਿਆਸਤਦਾਨ ਵੀ ਸਿਆਸਤਦਾਨਾਂ ਵਿੱਚ ਜੋ ਇਹ ਸੋਚਣ ਵਾਲੇ ਆ, ਅੱਛੇ ਭਵਿੱਖ ਪਰ ਸੋਚਣ ਵਾਲੇ ਆ, ਕਿ ਉਹਨਾਂ ਦਾ ਪਰਜਾ ਨਾਲ, ਲੋਕਾਂ ਨਾਲ ਰਿਸ਼ਤਾ, ਔਰ ਇਹ ਸਾਰੇ ਇਸ ਮੌਕੇ 'ਤੇ ਖਾਸ ਕਰਕੇ ਅਸੀਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ 'ਤੇ ਇੱਕ ਅਰਦਾਸ ਵੀ ਕਰੀਏ, ਅਹਿਦ ਵੀ ਕਰੀਏ ਕਿ ਅਸੀਂ ਆਪਣੀ ਖੁਦਗਰਜ਼ੀਆਂ ਤੋਂ ਪਾਰ ਜਾ ਕੇ ਦੇਖਣਾ ਇਹ ਸਾਰੇ ਕੁਛ ਨੂੰ, ਔਰ ਇਸ ਦੇਸ਼ ਨੂੰ, ਇਸ ਪ੍ਰਾਂਤ ਨੂੰ, ਇਸ ਦੁਨੀਆ ਨੂੰ ਹੋਰ ਸੋਹਣੀ ਬਣਾਉਣ ਦੀ ਕੋਸ਼ਿਸ਼। ਥੈਂਕ ਯੂ।